किस कारण करके धरना लगाया गया तुहाडे वल्लों सर? जिन्हां दे कोल पैसा उन्हां दे बच्चियां नूं पढ़ाउण वास्ते बड़ियां बड़ियां उच्चियां बिल्डिंगां खड़ियां कीतियां जा रहियां, स्कूल प्राइवेट आ, ओह पैसे कमाउंदे, इन्ने पैसे कमाउंदे आ, सब खर्चे वी सोची उत्थे असीं पाउने आ, ते जदों पंजवीं तक जांदे साडे बच्चे साडी पहुंच नहीं रहिंदी, घर होटल ते भेजदे चल भांडे मांजना जिदबाजी की इलाज कराउन जाना वा वड्डियां बिल्डिंगां जिथे वड्डे वड्डे डाक्टर आ जिथे लखां रुपये इलाज दे किते ने किते कह सकदे पर राजनीति है किते ने किते आपां कह सकदे राजनीति कीती जा रही है ताकि लोड़ आ असीं इह इत्थे कायम रखणी चाहुंदे आ ते बिल्कुल ही ठीक एक दो बुलारियां ने गल कीती आ ਬਈ ਇਹਦਾ ਜਿਹੜਾ ਦਰਜਾ ਹੁਣ ਵਾ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਇਹਦਾ ਦਰਜਾ ਥੱਲੇ ਨੂੰ ਲਿਆ ਰਿਹਾ ਪ੍ਰਮੋਸ਼ਨ ਕਰ ਰਹੇ ਨੇ ਇਹਦਾ ਦਰਜਾ ਥੱਲੇ ਲਿਆ ਕੇ ਤੇ ਬਣਾ ਰਿਹਾ ਮਹੱਲਾ ਕਲੀਨਿਕ ਇਹਦੇ 'ਚ ਇੱਕ ਡਾਕਟਰ ਹੋਊਗਾ ਉਸ ਡਾਕਟਰ ਦੇ ਨਾਲ ਇੱਕ ਕੰਪਿਊਟਰ ਹੋਊਗਾ ਤੇ 30,000 ਰੁਪਇਆ ਨੂੰ ਤਨਖਾਹ ਮਿਲਣੀ ਆ ਉਹਦੇ ਵਿੱਚੋਂ ਇੱਕ ਕੰਪਿਊਟਰ ਨੂੰ ਦੇਣੀ ਉਹਦੇ ਵਿੱਚੋਂ ਦਵਾਈਆਂ ਲਿਆਉਣੀਆਂ ਜਾਂ ਕੋਈ ਸਰਕਾਰੀ ਮਿਲ ਜਾਣਗੀਆਂ ਬਾਕੀ ਉਹਨੇ ਬੱਚਿਆਂ ਦੇ ਲਿਆਉਣੀਆਂ ਤੇ ਆਪਣੇ ਕੋਲੋਂ ਲਿਆਉਣੀ ਚਾਹੁੰਦਾ ਕੋਈ ਆਪਣੇ ਕੋਲੋਂ ਕੋਈ ਜਿਹੜੀਆਂ ਆਹ ਦਵਾਈਆਂ ਮਾੜੀਆਂ ਮੋਟੀਆਂ ਮਿਲਦੀਆਂ ਪਰ ਉਹਨਾਂ ਨੂੰ ਕੰਪਿਊਟਰ ਨੂੰ ਤਨਖਾਹ ਦੇਣੀ ਆ ਪਹਿਲੀ ਗੱਲ ਡਾਕਟਰ ਮੰਨ ਲਾ ਕੇ ਪਿਛਲੇ ਵਾਰੀ ਵੀ ਤੁਹਾਡੇ ਵੱਲੋਂ ਧਰਨਾ ਦਿੱਤਾ ਗਿਆ ਸੀ ਤੇ ਇਹਨਾਂ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਰ ਹਾਲਾਂਕਿ ਕਿੰਨੇ ਰਾਜਨੀਤਿਕ ਸ਼ਾਮਿਲ ਹੋਏ ਸੀ ਪ੍ਰਸ਼ਾਸਨ ਵੱਲੋਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੁਹਾਡੀ ਸਰ ਕਿਤੇ ਨਾ ਕਿਤੇ ਅੱਜ ਬੁੱਧਵਾਰ ਦਾ ਦਿਨ ਹੈ ਜਿੱਦਾਂ ਕਈ ਬੱਚੇ ਜਿੱਦਾਂ ਹੁਣ ਲੋਕਾਂ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਆ ਰਹੀਆਂ ਕਿਉਂਕਿ ਇਹ ਪ੍ਰਸ਼ਾਸਨ ਦੀ ਇੱਕ ਗਲਤੀ ਦੇ ਕਾਰਨ ਹੀ ਇੱਦਾਂ ਦਾ ਕੰਮ ਕਰਨਾ ਪੈ ਰਿਹਾ ਤੁਹਾਨੂੰ ਵੀ ਸਰ ਤੁਹਾਨੂੰ ਕੀ ਲੱਗਦਾ ਸਰ ਇਹ ਪ੍ਰਸ਼ਾਸਨ ਜਾਣ ਬੁੱਝ ਕੇ ਅੱਗੇ ਵੀ ਆਉਣ ਵਾਲੇ ਟਾਈਮ ਤੇ ਤੁਹਾਡੀ ਗੱਲ ਮੰਨੇਗੀ ਕਿ ਨਹੀਂ ਮੰਨੇਗੀ ਸਰ ਇਸ ਵੇਲੇ ਮਾਨ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ ਸਰ? ਜਿਸ ਤਰ੍ਹਾਂ ਸਰਕਾਰ ਹੈ ਜਿਹੜੀ ਮੌਜੂਦਾ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ? ਉਹਨਾਂ ਤੋਂ ਤੁਹਾਡੀ ਕੀ ਮੰਗ ਹੈ ਸਰ? ਕਈ ਦਲੀਲਾਂ ਸਾਰਾ ਸ਼ਹਿਰ ਤੋਂ ਆ ਕੇ ਟੀਕੇ ਲਵਾ ਖੜੇ ਆ ਜੀ ਜੀ ਇਸ ਲਈ ਇਹਨੂੰ ਏਦਾਂ ਨਾ ਕੀਤਾ ਮੈਂ ਆਪਣੇ ਦਿਲ ਦੀ ਦੱਸਦਾ ਅਗਲੀ ਨੇ ਜਿਹੜਾ ਤੁਹਾਨੂੰ ਹੋਰ ਜਗ੍ਹਾ ਦੇਵਾਂਗੇ ਉੱਥੇ ਬਣਾਵਾਂਗੇ ਐਫਏਆਰ ਬਣਾਵਾਂਗੇ ਧੰਨਵਾਦ ਜੀ ਥੈਂਕ ਯੂ ਸਰ ਅੱਜ ਜਿਹੜਾ ਧਰਨਾ ਲਗਾਇਆ ਕੀ ਕਾਰਨ ਕੀ ਹੈ ਸਰ ਇਹਦੇ ਵਿੱਚ ਰੱਖਣ ਡਾਕਟਰ ਇਹਦੇ ਵਿੱਚ ਲਿਆਉਣ ਐਕਸਰੇ ਦੀਆਂ ਮਸ਼ੀਨਾਂ ਇਹਦੇ ਜਾਂ ਇਲਾਜ ਕਰਾਉਣ ਵਾਲੀਆਂ ਹੋਰ ਪਾਸੇ ਜਿਹੜੀਆਂ ਮਸ਼ੀਨਾਂ ਉਹ ਲਿਆ ਕੇ ਰੱਖਣ ਜਿਹੜੀਆਂ ਇੱਟਾਂ ਚ ਨਵੇਂ ਸਿਹਤ ਜਿਹੜੀ ਆ
सर किते ने किते कह सकते आपां कि राजनीति की जा रही है जिस तरह इस वेले कांग्रेस नाल ते या मौजूदा सरकार जिहड़ा इहदा राजनीति कर रही जिद्दबाजी आपां कह सकते सर जी जी सर एक होर भी सिविल सर्जन ने गलबात की गई सी उन्होंने कहा कि आप सिर्फ एक कमरे में ही सिर्फ दीवारा हटानी है और आप मॉडिफाई करना क्योंकि कमरा ऑलरेडी बने हुए असं कुछ नहीं करना अपने एक टेबल लगाना बस ते एक कुर्सी बिठाना है ते तीन दो तीन बंदे पर लगाने जी जी कहते बिल्डिंग किसी तरह का कोई नुकसान नहीं पहुँचाया जाएगा सगो असं अपने बंदे शिफ्ट करना उसे बस एक दो जी जी थैंक यू थैंक यू। सो इस वेले असी सारा कमरा दिखा चुके हैं कि बिल्डिंग का की ये इन्ने कमरे बने हैं तो की हिसाब है तो इस वेले तुसी देख चुके हो सर पिछे जो भी धरना लगाया गया सीगा उसका कोई सिट्टा नहीं निकलिया अज भी धरना लगाया गया जिसका कोई सिट्टा नहीं निकलेगा अगले तुहाडे वल्लों की कार्रवाई होएगा सर सर अज जो धरना लगाया गया तो की कहना इस बारे सर ਡਿਫੈਂਸਰੀ ਦੇ ਬਾਰੇ ਆ ਜਿਹੜੇ ਆਮ ਪਾਰਟੀ ਵਾਲੇ ਆ ਇਹਨੂੰ ਮਹੱਲਾ ਕਲੀਨਿੰਗ ਬਣਾਉਣਾ ਚਾਹੁੰਦੇ ਆ ਜੀ ਮਹੱਲਾ ਕਲੀਨਿੰਗ ਜਿਹੜਾ ਇੱਕ ਮਹੱਲਾ ਦਾ ਰੂਪ ਹੁੰਦਾ ਜੀ ਮਹੱਲੇ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਸਰ ਠੀਕ ਹੈ ਜੀ ਇਹ ਡਿਫੈਂਸਰੀ ਦੇ ਵਿੱਚ ਪਿੱਛੇ ਕੋਰੋਨਾ ਕਾਲ ਦੇ ਰਹੇ 3000 ਇੰਨੀ ਕੁ ਜ਼ਿਆਦਾ ਇੱਥੇ ਸਹੂਲਤ ਮਿਲੀ ਲੋਕਾਂ ਨੂੰ ਅਰਬਨਟਿਡ ਫੇਸ 1 2 ਪਿੰਡਾਂ ਨੂੰ ਜਿਹੜੀ ਵੈਕਸੀਨ ਕਿਤੇ ਨਹੀਂ ਮਿਲਦੀ ਹੈਗੀ ਇੱਥੇ ਮਿਲਦੀ ਸੀਗੀ ਜੀ ਨੰਬਰ 1 ਤੇ ਸਾਡੀ ਡਿਫੈਂਸਰੀ ਜਿਹੜੀ ਆਈ ਮੇਰੇ ਟਾਈਮ ਦੇ ਉੱਤੇ ਅੱਜ ਤੋਂ ਬੀਤੇ 5 ਸਾਲ ਪਹਿਲੇ ਹਾਂ ਤੁਸੀਂ ਵੀ ਕੌਂਸਲਰ ਆਏ ਸੀ ਜੀ ਚਾਲੂ ਕਰਾਇਆ ਸੀ ਜੀ ਚਾਲੂ ਕਰਾਇਆ ਸੀਗਾ ਇਹ ਬਣਾਇਆ ਸੀ ਜੀ ਜੀ ਫਿਰ ਇਲੈਕਸ਼ਨ ਆ ਗਿਆ ਲੈਂਟਰ ਤੱਕ ਪਹੁੰਚ ਗਿਆ ਤਾਂ ਫਿਰ ਕਾਂਗਰਸ ਦਾ ਰਾਜ ਆ ਗਿਆ ਫਿਰ ਉਹਨਾਂ ਨੇ ਲੈਂਟਰ ਜੀ ਲੇਕਿਨ ਵਧੀਆ ਢੰਗ ਨਾਲ ਬੜੀ ਮੁਸ਼ਕਲ ਹੈ ਬੜੇ ਸੰਘਰਸ਼ ਕਰਕੇ ਇਹਨੂੰ ਬਣਵਾਇਆ ਸੀ ਜੀ ਆਪਾਂ ਪੰਜਾਬ ਬਜਾਏ 10ਵੀਂ ਕਲਾਸ ਤੋਂ ਪਹਿਲੀ ਕਲਾਸ ਤੇ ਆ ਜਾਈਏ ਜੀ ਉਹ ਗੱਲ ਬਣਦੀ ਨਹੀਂ ਜੀ 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 ਮੈਂ ਤਾਂ ਭਗਵੰਤ ਮਾਨ ਨੂੰ ਇਹ ਬੇਨਤੀ ਕਰਨਾ ਕਿ ਇਹਨੂੰ ਵਧੀਆ ਢੰਗ ਦੇ ਨਾਲ ਹੋਰ ਡਾਕਟਰ ਦਿੱਤੇ ਜਾਣ ਜਿੱਥੇ 10 ਵਰਕਰ ਹੈਗੇ ਨੇ ਇੱਥੇ ਕੰਮ ਕਰਦੇ ਆ ਡਾਕਟਰ ਆ ਬਾਕੀ ਨਰਸਾਂ ਹੈਗੀਆਂ ਹੋਰ ਹੈਲਪਰ ਹੈਗੇ ਨੇ ਜੀ ਮੈਂ ਕਹਿੰਦਾ ਕਿ ਇਹਨਾਂ ਨੂੰ ਹੋਰ ਸਹੀ ਢੰਗ ਦੇ ਨਾਲ ਆ ਜਿਹੜਾ ਆਪਣੇ उस तो बाद कोई इंप्रूव नहीं होया सर इस वास्ते आपां ਇਹਨਾਂ ਦੀ ਐਡਵਾਈਸ ਕਿਧਰ ਨਾਲੇ ਅੱਗੇ ਜਾਣਗੇ ਜੀ ਉਤੋਂ ਤੱਕ ਦੇਣਾ ਹੀ ਹੈ ਰਿਕਸ਼ੇ ਦੇ ਉੱਪਰ ਸਪੀਕਰ ਹੋਏਗਾ ਉਹਦੇ ਪਿੱਛੇ ਸਭ ਤੋਂ ਪਹਿਲਾਂ ਭੈਣਾ ਹੋਣਗੀਆਂ ਆਪਣੀ ਜਗ੍ਹਾ ਦਿਖਾਈ ਤੇ ਜਦੋਂ ਤੁਹਾਨੂੰ ਆਵਾਜ਼ ਦਿੱਤੀ ਜਾਂਦੀ ਹੈ ਇੱਕ ਆਵਾਜ਼ ਕੇ ਆਪਾਂ ਖੜੇ ਹੋਈਏ ਜੇ ਤੁਹਾਨੂੰ ਕਿਤੇ ਇੱਥੇ ਪਰਮਾਨੈਂਟ ਧਰਨਾ ਲਾਉਣਾ ਪੈ ਗਿਆ ਤਾਂ ਆਪਾਂ ਇੱਥੇ ਲਾ ਕੇ ਪੂਰਾ ਸੁਣਿਆਣਾ ਉਹਦੇ ਵਿੱਚ ਭਾਵੇਂ ਬਹਿ ਕੇ 20-20 ਬੰਦੇ ਦਾਦਾ ਬੰਦੇ ਜਿੱਦਾਂ ਵੀ ਲੰਗ ਤੁਹਾਨੂੰ ਆਉਣਾ ਪਿਆ ਕਰੇਗਾ ਆਪਾਂ ਉਸ ਤੱਕ ਲਾਵਾਂਗੇ ਜਦੋਂ ਤੱਕ ਸਾਨੂੰ ਅਸਵਾਚਨ ਸਰ ਇਹ ਆਪਾਂ ਹੋਰ ਉਪਰ ਕਰਨੇ ਜਾਂਦੇ ਆ ਸਰ ਇਹ ਤਾਂ ਨਹੀਂ ਕਿਤੇ ਕਹਿ ਸਕਦੇ ਕਿ ਰਾਜਨੀਤੀ ਹੋ ਰਹੀ ਆ ਕੁਝ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਆ ਰਹੀ ਕੋਈ ਰਾਜਨੀਤੀ ਨਹੀਂ ਮੇਰਾ ਇਹਦਾ ਕੀ ਮਤਲਬ ਹੈਗਾ ਪ੍ਰਭੂ ਜੀ ਦਾ ਮੈਂ ਬੀਜੇਪੀ ਦਾ ਜੀ